ਫਰੈਂਡਸ, ਅੱਜ ਅਸੀਂ ਇੱਥੇ ਮਹਾਂਲਕਸ਼ਮੀ ਮੰਦਰ ਜੇਲ੍ਹ ਰੋਡ ਆਏ ਹਾਂ। ਇੱਥੇ ਅੱਜ ਦਿਸ਼ਾਦੀਪ ਸੰਸਥਾ ਵੱਲੋਂ ਔਰ ਮਹਾਂਲਕਸ਼ਮੀ ਮੰਦਰ ਵੱਲੋਂ ਪਰਿਆਵਰਨ ਵਾਸਤੇ ਤੁਲਸੀ ਦਾ ਅੱਜ ਦਾਨ ਦਾ ਦਿਵਸ ਮਨਾਇਆ ਜਾ ਰਿਹਾ ਹੈਗਾ ਕਿ ਤੁਲਸੀ ਦਾ ਬੂਟਾ ਜਿਹਨੂੰ ਅਸੀਂ ਸਾਡੇ ਧਰਮ ਦੇ ਵਿੱਚ ਹਿੰਦੂ ਧਰਮ 'ਚ ਮਾਤਾ ਦਾ ਦਰਜਾ ਮਿਲਿਆ ਹੈ, ਤੁਲਸੀ ਦਾ ਬੂਟਾ ਇੱਕ ਅੱਛਾ ਘਰ ਹੈ, ਤੁਲਸੀ ਦਾ ਬੂਟਾ ਘਰ ਲਗਾਉਣਾ, ਕਿਉਂਕਿ ਤੁਲਸੀ ਦਾ ਬੂਟਾ ਜਿਹੜਾ ਹੈਗਾ ਜਿੰਨਾ ਵੀ ਪੋਲਿਊਸ਼ਨ ਹੈ ਪੋਲਿਊਸ਼ਨ ਨੂੰ ਦੂਰ ਕਰਦਾ ਔਰ ਐਂਟੀ ਬੈਕਟੀਰੀਅਲ ਹੈ, ਔਰ ਤੁਲਸੀ ਦਾ ਬੂਟਾ ਜਿੱਥੇ ਜਿੱਥੇ ਲੱਗਦਾ ਹੈਗਾ ਕਿ ਉੱਥੇ ਘਰ 'ਚ ਖੁਸ਼ਹਾਲੀ ਆਉਂਦੀ, ਐਂਟੀ ਡਿਪਰੈਸੈਂਟ ਹੈਗਾ। ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਅਗਰ ਪੰਜਾਬ ਨੂੰ ਬਚਾਉਣਾ, ਪੰਜਾਬ ਇਸ ਵੇਲੇ ਬਹੁਤ ਬੁਰੇ ਹਾਲ 'ਚ ਤੁਰਿਆ ਜਾ ਰਿਹਾ, ਅੱਜ ਪੰਜਾਬ ਦੇ ਵਿੱਚ ਕਿਸੇ ਵੀ ਸੁਸਾਇਟੀ ਨੂੰ ਅਗਰ ਸਸਟੇਨ ਕਰਨਾ, ਜੰਗਲ 30% ਹੋਣਾ ਚਾਹੀਦਾ, ਜਦਕਿ ਪੰਜਾਬ ਦੇ ਵਿੱਚ 2% ਵੀ ਜੰਗਲ ਨਹੀਂ ਰਹਿ ਗਿਆ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅਗਰ ਜੰਗਲ ਨਹੀਂ ਬਚੇਗਾ ਤਾਂ ਪੰਜਾਬ ਦੇ ਵਿੱਚ ਦੇਖਿਆ ਜਾਵੇ ਨਾ ਤਾਂ ਮੌਨਸੂਨ ਸਹੀ ਆਉਂਦੀ ਹੈ, ਮੌਨਸੂਨ ਜਦੋਂ ਆਉਂਦੀ ਉਦੋਂ ਬਾਰਿਸ਼ ਨਹੀਂ ਆਉਂਦੀ, ਜਦੋਂ ਮੌਨਸੂਨ ਚੱਲ ਜਾਂਦੀ ਉਦੋਂ ਬਾਰਿਸ਼ ਆ ਜਾਂਦੀ ਹੈ, ਜਾਂ ਦੇਖਿਆ ਜਾਵੇ ਕਦੀ ਬਾੜ ਆ ਜਾਂਦੀ ਹੈ ਜਦੋਂ ਬਾਰਿਸ਼ ਦੇ ਦਿਨ ਨਹੀਂ ਹੁੰਦੇ ਉਦੋਂ ਬਾਰਿਸ਼ ਆ ਜਾਂਦੀ ਹੈ, ਮਤਲਬ ਕਿ ਪਰਿਆਵਰਨ ਬਿਲਕੁਲ ਵਿਗੜ ਚੁੱਕਾ ਔਰ ਜਿਹੜਾ ਗਰਮੀ ਵੀ ਜਿਹੜੀ ਹੈਗੀ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ। ਇਹਦੇ ਵਾਸਤੇ ਸਭ ਤੋਂ ਵੱਡੀ ਜ਼ਰੂਰੀ ਗੱਲ ਹੈਗੀ ਹੈ, ਇੱਕ ਤਾਂ ਆਪਾਂ ਵੱਧ ਤੋਂ ਵੱਧ ਅਸੀਂ ਪਰਿਆਵਰਨ ਦੀ ਰੱਖਿਆ ਕਰਦੇ ਹੋਏ ਬੂਟੇ ਲਗਾਈਏ, ਆਪਣੇ ਜਨਮ ਦਿਨ 'ਤੇ, ਆਪਣੇ ਵਿਆਹ ਦੀ ਵਰ੍ਹੇਗੰਢ 'ਤੇ, ਕੋਈ ਵੀ ਇੱਦਾਂ ਦਾ ਕੰਮ ਹੋਵੇ, ਭਾਵੇਂ ਮਾਤਾ ਪਿਤਾ ਦੀ ਬਰਸੀ ਹੋਵੇ, ਭਾਵੇਂ ਕਿਸੇ ਦਾ ਜਨਮ ਦਿਨ ਹੋਵੇ, ਕੁਛ ਵੀ ਹੋਵੇ, ਆਪਾਂ ਸਾਰਿਆਂ ਨੂੰ ਇਨਕਰੇਜ ਕਰਨਾ ਚਾਹੀਦਾ ਹੈ ਕਿ ਆਪਾਂ ਬੂਟੇ ਲਾਈਏ ਔਰ ਪਰਿਆਵਰਨ ਨੂੰ ਬਚਾਈਏ। ਧੰਨਵਾਦ। ਗੋਡ ਬਲੈਸ ਇੰਡੀਆ।